ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨੂਮੋੜ ਇੱਕ ਸਵਾਲ ਜਿਹੜਾ ਮੈਨੂੰ ਇੰਸਟਾਗ੍ਰam ਤੇ ਵੀ ਕਾਫੀ ਕੈਂਡੀਡੇਟ ਪੁੱਛ ਰਹੇ ਨੇ ਤੇ ਵੀਡੀਓ ਵਿੱਚ ਕਮੈਂਟ ਕਰਕੇ ਵੀ ਪੁੱਛ ਰਹੇ ਨੇ ਇੱਥੇ ਦੇਖ ਸਕਦੇ ਹੋ ਜਸਵਿੰਦਰ ਸਿੰਘ ਦਾ ਇੱਕ ਕਮੈਂਟ ਆਇਆ ਹੋਇਆ ਮੈਥ ਤੇ ਇੰਗਲਿਸ਼ ਦੇ ਟੌਪਿਕ ਕਰਵਾ ਦਿਓ ਜੀ ਦੇਖੋ ਮੈਥ ਤੇ ਇੰਗਲਿਸ਼ ਮੈਂ ਕਰਵਾ ਸਕਦਾ ਹਾਂ ਬਟ ਮੇਰੇ ਕੋਲ ਜਿ ਇਕਿਪਮੈਂਟ ਨਹੀਂ ਹੈ ਬੋਰਡ ਵਗੈਰਾ ਕੈਮਰਾ ਵਗੈਰਾ ਇਹ ਚੀਜ਼ਾਂ ਨਹੀਂ ਹੈ ਚਲੋ ਕੋਈ ਨਾ ਕੋਈ ਆਪਾਂ ਜੁਗਾੜ ਕਰਕੇ ਜੇ ਆਪਾਂ ਮੈਥ ਤੇ ਰੀਜ਼ਨਿੰਗ ਦੀ ਵੀ ਆਪਾਂ ਤਿਆਰੀ ਸਟਾਰਟ ਕਰਦੇ ਆ ਬਟ ਮੇਰੇ ਕੋਲ ਉਹਨਾ ਟਾਈਮ ਵੀ ਨਹੀਂ ਹੁੰਦਾ ਦੇਖੋ ਮੈਂ ਖੁਦ ਪੀਸੀਐਸ एग्जाम ਦੀ ਤਿਆਰੀ ਕਰ ਰਿਹਾ ਤਾਂ ਕਰਕੇ ਮੈਂ ਮੈਨੂੰ ਵੀ ਥੋੜਾ ਜਿਹਾ ਟਾਈਮ ਆਪਣੇ ਸਟੱਡੀ ਵਾਸਤੇ ਚਾਹੀਦਾ ਹੁੰਦਾ ਹਨਾ ਇਸ ਕਰਕੇ ਮੈਂ ਤੁਹਾਨੂੰ ਇੱਕ ਸਭ ਤੋਂ ਵਧੀਆ ਚੈਨਲ ਰეკਮੈਂਡ ਕਰਦਾ ਜਿੱਥੋਂ ਮੈਥ ਰੀਜ਼ਨਿੰਗ ਤੇ ਇੰਗਲਿਸ਼ ਜੇ ਚੰਗੀ ਤਰ੍ਹਾਂ ਕਲਾਸਾਂ ਲਗਾ ਲਓਗੇ ਤਾਂ ਇੱਕ ਇੱਕ ਕਲਾਸ ਹੀ ਤੁਹਾਡਾ ਮਾਈਂਡ ਕਲੀਅਰ ਕਰ ਦੇਗੀ ਤੇ ਟੌਪਿਕ ਹੀ ਤੁਹਾਡਾ ਕਲੀਅਰ ਹੋ ਜਾਏਗਾ ਦੇਖੋ ਮੈਥ ਇੰਗਲਿਸ਼ ਤੇ ਰੀਜ਼ਨਿੰਗ ਇਹ ਸਬਜੈਕਟ ਕਲੀਅਰ ਕਰਨਾ ਸਿੰਪਲ ਤਰੀਕਾ ਤੁਹਾਨੂੰ ਦੱਸ ਦੇਣਾ ਮੈਂ ਕੀ ਇੱਥੇ ਆਪਾਂ ਚੈੱਕ ਕਰ ਸਕਦੇ ਆ ਲੌਜੀਕਲ ਰੀਜ਼ਿੰਗ ਤੇ ਮੈਂਟਲ ਐਬਿਲਿਟੀ ਸਭ ਤੋਂ ਪਹਿਲਾਂ ਆਪਾਂ ਕਰਨਾ ਕੀ ਹੈ ਕੋਡਿੰਗ ਡੀਕੋਡਿੰਗ ਇਹ ਹੀ ਆਪਣਾ ਟੌਪਿਕ ਹੈ ਇਹ ਆਪਾਂ YouTube ਤੇ ਜਾ ਕੇ ਸਿੱਧਾ ਆਪਾਂ ਸਰਚ ਕਰਾਂਗੇ ਠੀਕ ਹੈ YouTube ਤੇ ਅੱਗੇ ਚਲੋ ਮੈਂ ਹੁਣ ਤੇ YouTube ਤੇ ਸਿੱਧਾ ਇਹ ਸਰਚ ਕਰਾਂਗੇ ਟੌਪਿਕ ਠੀਕ ਹੈ ਜਿਵੇਂ ਕਿ ਇੱਥੇ ਮੈਂ ਸਰਚ ਕੀਤਾ ਹੋਇਆ ਹੈ ਕੋਡਿੰਗ ਡੀਕੋਡਿੰਗ ਫੋਰ ਬਿਗਨਰਸ ਠੀਕ ਹੈ ਮਤਲਬ ਕਿ ਜਿਹੜੀ ਸਟਾਰਟਿੰਗ ਦੀ ਕਲਾਸ ਆਉਣਗੇ ਉਹ ਤੁਹਾਡੇ ਸਾਹਮਣੇ ਆ ਜਾਵੇਗੀ ਦੇਖੋ ਬਾਈਫਾਈ ਸਟੱਡੀ ਹੈ ਸਭ ਤੋਂ ਇੱਕ ਨੰਬਰ ਦਾ ਚੈਨਲ ਹੈ ਇਸ ਦੀ ਕਲਾਸਿਸ ਲੈ ਲਓ ਚਾਹੇ ਰੇਲ ਵਿਦਿਆ ਲੈ ਲਓ ਬਈ ਦੇਖੋ ਟੌਪਿਕ ਤਾਂ ਸੇਮ ਹੀ ਹੁੰਦੀ ਨੇ ਠੀਕ ਹੈ ਪੇਪਰ ਕਿਸੇ ਵੀ ਪੇਪਰ ਦੀ ਕਲਾਸਿਸ ਲੈ ਲਓ ਸੇਮ ਟੌਪਿਕ ਹੁੰਦੇ ਨੇ ਕੋਡਿੰਗ ਡੀਕੋਡਿੰਗ ਵਿੱਚ ਉਹੀ ਕੁਛ ਹੋਵੇਗਾ ਜੋ ਆਪਾਂ ਐਸੈਸੀ ਵਿੱਚ ਪੜਾਂਗੇ ਜਾਂ ਫੋਰੈਸਟ ਗਾਰਡ ਵਿੱਚ ਪੜਾਂਗੇ ਜਾਂ ਕਲਰਕ ਦੇ ਇਗਜ਼ਾਮ ਵਿੱਚ ਪੜਾਂਗੇ ਠੀਕ ਹੈ ਥੋੜਾ ਜਿਹਾ ਕੁਐਸਚਨਾਂ ਦਾ ਲੈਵਲ ਲੋ ਹੋ ਜਾਂਦਾ ਜਿਵੇਂ ਫੋਰੈਸਟ ਗਾਰਡ ਦੇ ਕੁਐਸਚਨਾਂ ਦਾ ਲੈਵਲ ਲੋ ਹੁੰਦਾ ਹੈ ਤੇ ਕਲਰਕ ਦੇ ਕੁਸ਼ਚਨਾਂ ਦਾ ਥੋੜਾ ਹਾਈ ਹੁੰਦਾ ਬਸ ਹੋਰ ਕੋਈ ਦਿੱਕਤ ਨਹੀਂ ਟੋਪਿਕ ਥੋੜਾ ਕਲੀਅਰ ਹੋਣਾ ਚਾਹੀਦਾ ਕੋਡਿੰਗ ਡੀਕੋਡਿੰਗ ਦਾ ਤੇ ਮੈਂ ਰეკਮੈਂਡ ਕਰਦਾ ਤੁਹਾਨੂੰ ਬਾਈਫਾਈ ਸਟਡੀ ਤੋਂ ਕੋਈ ਵੀ ਕੋਈ ਵੀ ਐਗਜ਼ਾਮ ਦੀ ਜਿਹੜੀ ਕਲਾਸਿਸ ਨੇ ਹੋ ਲੈ ਲਓ ਠੀਕ ਹੈ ਕੋਡਿੰਗ ਡੀਕੋਡਿੰਗ ਹੋਗੀ ਇਸੇ ਤਰ੍ਹਾਂ ਹਰ ਟੋਪਿਕ ਵਾਈਜ਼ ਰਿਸਰਚ ਮਾਰੋ ਜਦੋਂ ਇਹ ਕੋਡਿੰਗ ਡੀਕੋਡਿੰਗ ਕਲੀਅਰ ਹੋ ਗਿਆ ਤੁਹਾਡਾ ਉਸ ਤੋਂ ਬਾਅਦ ਕੀ ਅਨਲੋਗੀ ਬਾਇਫਾਈ ਸਟਡੀ ਕਲਾਸਸ ਲਿਖ ਕੇ ਸਰਚ ਕਰ ਲਓ ਇਸ ਤੋਂ ਬਾਅਦ ਕਾਸ਼ਿਫ ਦੇ ਕਲਾਸੀਫਿਕੇਸ਼ਨ ਇਸ ਤੋਂ ਇਲਾਵਾ ਡਿਕਸ਼ਨ ਸੈਂਸ ਟੈਸਟ ਸਾਰੇ ਇਸ ਤਰ੍ਹਾਂ ਟੋਪਿਕ ਲਿਖ ਕੇ ਪਿੱਛੇ ਬਾਇ ਬਾਇਫਾਈ ਸਟਡੀ ਲਿਖ ਕੇ ਸਰਚ ਕਰੋਗੇ ਤਾਂ ਕਲਾਸਸ ਤੁਹਾਨੂੰ इजीली ਮਿਲ ਜਾਣਗੇ ਇਸ ਤੋਂ ਇਲਾਵਾ ਕੰਪਿਊਟਰ ਵੀ ਆਲ ਕੰਪਿਊਟਰੀ ਤੁਹਾਨੂੰ ਮੈਂ ਕਰਵਾ ਦਿੱਤਾ ਠੀਕ ਹੈ ਜਿਹੜਾ ਵੀ ਆਈਸੀਟੀ ਦਾ ਟੋਪਿਕਸ ਨੇ ਆਲ ਕਰਾ ਦਿੱਤੇ ਆਪ ਪੰਜਾਬ ਹਿਸਟਰੀ ਐਂਡ ਕਲਚਰ ਦੇ ਰਿਗਾਰਡਿੰਗ ਵੀ ਥਿਊਰੀ ਵਿੱਚ ਕਲਾਸਿਸ ਉਹਨੂੰ ਆਲਰੇਡੀ ਪ੍ਰੋਵਾਈਡ ਕਰਵਾ ਦਿੱਤੀ ਹੈ ਜਾਇਕਿ ਵਿਜ਼ਿਟ ਕਰੋ ਸਮਝੋ ਲਿਖੋ ਐਂਡ ਫਿਰ ਆਪਣੇ ਐਗਜ਼ਾਮ ਦੇ ਤਰੀਕੇ ਨਾਲ ਪਰਫੈਕਟ ਕਰੋ